ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਾਰ ਗਾਹੇ ਵਗਾਹੇ ਬੈਠਿਆਂ ਉੱਠਿਆਂ ਇੱਕ ਗੱਲ ਚੱਲਦੀ ਏ ਵੀ ਕਰਾਮਾਤ ਹੁੰਦੀ ਏ ਜਾਂ ਨਹੀਂ ਹੁੰਦੀ। ਇਸੇ ਸੰਬੰਧ ਵਿੱਚ ਹੀ ਕੁਛ ਕੁ ਇੱਕ ਨਵੇਂ ਜਿਹੇ ਐਂਗਲ ਤੋਂ ਮੇਰੇ ਮਨ ਦੇ ਅੰਦਰ ਵਿਚਾਰ ਬਣੇ, ਜੋ ਮੈਂ ਸੋਚਿਆ ਵੀ ਆਪਣੇ ਭੈਣਾਂ ਭਰਾਵਾਂ ਦੇ ਨਾਲ ਮੈਂ ਸ਼ੇਅਰ ਕਰਦਾ ਚੱਲਾਂ। ਕਰਾਮਾਤ ਹੁੰਦੀ ਹੈ, ਪਰ ਜਿਸ ਤਰ੍ਹਾਂ ਦੀ ਕਰਾਮਾਤ ਤੁਸੀਂ ਮੰਨ ਰਹੇ ਹੋ ਜਾਂ ਆਮ ਲੋਕ ਮੰਨ ਰਹੇ ਨੇ, ਉਸ ਕਰਾਮਾਤ ਦੀ ਮੈਂ ਗੱਲ ਨਹੀਂ ਕਰਨੀ ਚਾਹੁੰਦਾ। ਮੈਂ ਇੱਕ ਦੂਜੇ ਢੰਗ ਦੇ ਨਾਲ ਦੂਜੀ ਕਰਾਮਾਤ ਦੀ ਗੱਲ ਕਰਨੀ ਚਾਹੁੰਦਾ, ਔਰ ਜਿਹੜੀ ਕਰਾਮਾਤ ਦੀ ਗੱਲ ਥਾਂ ਥਾਂ 'ਤੇ ਚੱਲਦੀ ਹੈ, ਜਿਹੜੀ ਕਰਾਮਾਤ ਵੱਡੇ ਵੱਡੇ ਬੋਹੜਾਂ ਨੂੰ ਹਿਲਾ ਕੇ ਰੱਖ ਦਿੰਦੀ ਹੈ, ਜਿਹੜੀ ਕਰਾਮਾਤ ਤੁਸੀਂ ਆਪਣੇ ਇਰਦ ਗਿਰਦ ਸੱਜੇ ਖੱਬੇ ਕਈਆਂ ਥਾਵਾਂ ਦੇ ਉੱਤੇ ਹੁੰਦੀ ਵਰਤਦੀ ਵੇਖਦੇ ਆ ਰਹੇ ਹੋ, ਅਤੇ ਜਿਸ ਕਰਾਮਾਤ ਦੀ ਮਾਰ ਦੇ ਨਾਲ ਵੱਡੇ ਵੱਡੇ ਪ੍ਰਚਾਰਕ, ਪਖੰਡੀ, ਸਾਧ, ਲੀਡਰ, ਰਾਜਨੀਤਿਕ ਦੂਜੇ ਤੀਜੇ ਮਰੇ ਹੋਏ ਤੁਹਾਨੂੰ ਨਜ਼ਰ ਪੈਣਗੇ, ਉਸ ਕਰਾਮਾਤ ਦਾ ਮੈਂ ਇੱਕ ਨਾਂ ਰੱਖਿਆ ਹੈ ਵੀ ਲਿਫਾਫੇ ਦੀ ਕਰਾਮਾਤ। ਲਿਫਾਫਾ ਜਿਹਦੇ ਅੰਦਰ ਪੈਸੇ ਪਾ ਕੇ ਦਿੱਤੇ ਜਾਂਦੇ ਨਾ, ਉਸ ਲਿਫਾਫੇ ਦੀ ਕਰਾਮਾਤ, ਮੈਂ ਇਹਦਾ ਨਾਂ ਇਹ ਰੱਖਿਆ। ਹੁਣ ਇਹ ਇੱਕ ਐਸੀ ਕਰਾਮਾਤ ਹੈ ਵੀ ਜਿਹੜੇ ਆਪਣੇ ਆਪ ਨੂੰ ਬਹੁਤ ਡੂੰਘੀਆਂ ਜੜ੍ਹਾਂ ਵਾਲੇ ਸਮਝਦੇ ਨੇ, ਜਿਹੜੇ ਆਪਣੇ ਆਪ ਨੂੰ ਬਹੁਤ ਰੱਬ ਦੇ ਨੇੜੇ ਸਮਝਦੇ ਨੇ, ਆਪਣੇ ਆਪ ਨੂੰ ਬਹੁਤ ਸਿਆਣੇ ਅਤੇ ਕਾਬਲ ਜਾਣਦੇ ਨੇ, ਆਪਣੇ ਆਪ ਨੂੰ ਬਹੁਤ ਦਾਰਸ਼ਨਿਕ ਅਤੇ ਫਿਲਾਸਫਰ ਸਮਝਦੇ ਨੇ, ਸਕੋਲਰ ਸਮਝਦੇ ਨੇ। ਖਾਸ ਕਰਕੇ ਇਹ ਮੇਰੀ ਅੱਜ ਦੀ ਵੀਡੀਓ ਉਹਨਾਂ ਵੀਰਾਂ ਵਾਸਤੇ ਹੈ, ਉਹਨਾਂ ਸਕੋਲਰਾਂ ਵਾਸਤੇ ਹੈ ਜਿਹੜੇ ਇਸ ਕਰਾਮਾਤ ਦੇ ਹੱਥੋਂ ਠੱਗੇ ਗਏ, ਜਿਹੜੇ ਲਿਫਾਫੇ ਦੀ ਕਰਾਮਾਤ ਨੇ ਦੂਰੇ ਕਰਕੇ ਸੁੱਟ ਦਿੱਤੇ, ਗੋਡਿਆਂ ਭਾਰ ਜਿਹੜੇ ਕਰ ਲਏ। ਹੁਣ ਮੈਂ ਦੋ ਚਾਰ ਨੁਕਤੇ ਤੁਹਾਡੇ ਸਾਹਮਣੇ ਰੱਖਦਾ। ਨੰਬਰ ਇੱਕ ਦੇ ਉੱਤੇ, ਗੁਰਮਤ ਨੂੰ ਸਮਝਦੇ ਹੋਏ ਪ੍ਰਚਾਰਕ, ਇੱਕ ਤਾਂ ਨੇ ਗੁਰਮਤ ਤੋਂ ਅਣਜਾਣ ਨੇ, ਉਹਨਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਹੈ, ਗੁਰਬਾਣੀ ਦੀ ਕਾਮਨ ਸੈਂਸ ਦਾ ਨਹੀਂ ਪਤਾ, ਗੁਰਬਾਣੀ ਦੀ ਫਿਲਾਸਫੀ ਦਾ ਨਹੀਂ ਪਤਾ, ਉਹਨਾਂ ਨੂੰ ਇੱਕ ਪਾਸੇ ਕਰ ਦਿਓ। ਜਿਹੜੇ ਗੁਰਬਾਣੀ ਦੀ ਫਿਲਾਸਫੀ ਨੂੰ ਜਾਣਦੇ ਨੇ, ਗੁਰਮਤ ਨੂੰ ਸਮਝਦੇ ਨੇ, ਗੁਰਬਾਣੀ ਦੀ ਕਾਮਨ ਸੈਂਸ ਨੂੰ ਜਾਣਦੇ ਨੇ, ਇਹ ਉਹਨਾਂ ਵਾਸਤੇ। ਗੁਰਮਤ ਨੂੰ ਸਮਝਦੇ ਹੋਏ ਵੀ ਜਦੋਂ ਉਹ ਮਨਮਤ ਦੀ ਬੋਲੀ ਬੋਲਦੇ ਨੇ, ਤੁਹਾਨੂੰ ਪਤਾ ਨਾ ਲੱਗੇ ਤਾਂ ਗੱਲ ਵੱਖਰੀ ਹੈ, ਸਾਨੂੰ ਤਾਂ ਮਿੰਟ ਤੋਂ ਪਹਿਲਾਂ ਪਤਾ ਲੱਗਦਾ ਹੈ ਵੀ ਇਹ ਲਿਫਾਫੇ ਦੀ ਕਰਾਮਾਤ ਇਹਦੇ ਉੱਤੇ ਹਾਵੀ ਹੋ ਗਈ ਹੈ, ਲਿਫਾਫੇ ਵਾਲੀ ਕਰਾਮਾਤ ਵਾਪਰ ਗਈ ਹੈ। ਅਤੇ ਜਦੋਂ ਉਹ ਲਿਫਾਫੇ ਵਾਲੀ ਕਰਾਮਾਤ ਦਾ ਜਾਦੂ ਚੱਲਦਾ ਹੈ, ਉਹਦਾ ਅਸਰ ਚੱਲਦਾ ਹੈ ਨਾ, ਉਦੋਂ ਸਾਰਾ ਕੁਝ ਜਾਣਿਆ ਬੁੱਝਿਆ ਪੜ੍ਹਿਆ ਪੜ੍ਹਾਇਆ ਉਹਦੇ ਉੱਤੇ ਪੜਦਾ ਪੈ ਜਾਂਦਾ ਹੈ, ਅਤੇ ਜਿਹੜੀ ਬੋਲੀ ਅਗਲੇ ਬੁਲਾਉਣਾ ਚਾਹੁੰਦੇ ਨੇ, ਮੀਆਂ ਮਿੱਠੂ ਬਣ ਕੇ ਉਹ ਬੋਲੀ ਪ੍ਰਚਾਰਕ ਬੋਲਣਾ ਸ਼ੁਰੂ ਕਰ ਦਿੰਦੇ ਨੇ, ਜਾਂ ਪਖੰਡੀ ਸਾਧ ਬੋਲਣਾ ਸ਼ੁਰੂ ਕਰ ਦਿੰਦੇ ਨੇ, ਇਸ ਕਰਾਮਾਤ ਦਾ ਹੀ ਚਮਤਕਾਰ ਹੈ। ਦੂਜੀ, ਕੀ ਸਮਝਦੇ ਹੋ ਵੀ ਜਿਹੜੀ ਇੰਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਬਾਣੀ, ਵੱਡਾ ਖਜ਼ਾਨਾ, ਜਿਹੜੀ ਕਈ ਰਾਗਾਂ ਦੇ ਅੰਦਰ ਅਤੇ ਤਰ੍ਹਾਂ ਤਰ੍ਹਾਂ ਦੇ ਜਿਹਦੇ ਅੰਦਰ ਵਿਚਾਰ ਨੇ, ਡੂੰਘੇ ਵਿਚਾਰ ਨੇ, ਜਿਹਨੂੰ ਖੋਜਣ ਲੱਗਿਆਂ ਬੰਦਿਆਂ ਦੀਆਂ ਜ਼ਿੰਦਗੀਆਂ ਚਲੀਆਂ ਗਈਆਂ, ਪਰ ਉਹ ਵਿਚਾਰ ਪ੍ਰੋਪਰ ਪਕੜ ਵਿੱਚ ਨਾ ਆਏ, ਡੂੰਘੇ ਵਿਚਾਰ, ਜ਼ਿੰਦਗੀ ਨੂੰ ਬਦਲਣ ਵਾਲੇ ਵਿਚਾਰ, ਜ਼ਿੰਦਗੀ ਨੂੰ ਸੇਧ ਦੇਣ ਵਾਲੇ ਵਿਚਾਰ, ਤੁਹਾਡਾ ਪਰਿਵਾਰ ਕਿਵੇਂ ਚੱਲਣਾ ਚਾਹੀਦਾ ਹੈ, ਸਮਾਜ ਕਿਵੇਂ ਦਾ ਹੋਵੇ, ਤੁਸੀਂ ਆਪ ਕਿਵੇਂ ਦੇ ਹੋਵੋ, ਤੁਹਾਡੇ ਅੰਦਰ ਸਕੂਨ ਕਿਵੇਂ ਬਣੇ,
ਜਿਸ ਗੁਰਬਾਣੀ ਦੇ ਖਜ਼ਾਨੇ ਵਿੱਚ ਇਹ ਸਾਰੀਆਂ ਗੱਲਾਂ ਮਹਾਨ ਗੱਲਾਂ ਪਈਆਂ ਨੇ, ਉਹਨੂੰ ਛੱਡ ਕੇ ਉਹਦੇ ਪੈਰਲਰ ਉਹਦੇ ਬਰਾਬਰ ਆਪਣੀ ਬਾਣੀ ਘੜਨੀ, ਇਹ ਪ੍ਰਿਥੀ ਚੰਦ ਨਾਲੋਂ ਛੋਟਾ ਕੰਮ ਹੈ? ਕੋਈ ਮਿਹਰਬਾਨ ਨਾਲੋਂ ਛੋਟਾ ਕੰਮ ਹੈ? ਪ੍ਰਿਥੀ ਚੰਦ ਦੇ ਪੁੱਤ ਨਾਲੋਂ ਆਪਣੀ ਬਾਣੀ ਤਿਆਰ ਕਰਨੀ ਅਤੇ ਆਪਣੀ ਬਿਆਨ ਬਾਣੀ ਤਿਆਰ ਕਰਕੇ ਸਟੇਜਾਂ ਦੇ ਉੱਤੇ ਬਹਿ ਕੇ ਸੱਚ ਦੀ ਬਾਣੀ ਨੂੰ ਪਾਸੇ ਕਰਕੇ ਆਪਣੀ ਬਾਣੀ ਦਾ ਧਾਰਨਾ ਬਣਾ ਬਣਾ ਕੇ ਕੀਰਤਨ ਕਰਨਾ, ਅਤੇ ਤੁਸੀਂ ਅੱਗੋਂ ਜਕਾਰੇ ਛੱਡ ਦੇਣੇ, ਸਿਰ ਹਿਲਾਈ ਜਾਣਾ, ਬਾਬਾ ਜੀ ਦੇ ਅੰਦਰ ਬੜੀ ਕਰਾਮਾਤ ਹੈ, ਬਾਬਾ ਜੀ ਦੇ ਅੰਦਰ ਬੜੀ ਸੱਤਿਆ ਹੈ, ਬਾਬਾ ਜੀ ਬੜੇ ਪਹੁੰਚੇ ਹੋਏ ਨੇ। ਉਹ ਜਿੱਥੇ ਪਹੁੰਚਿਆ ਹੈ ਉੱਥੋਂ ਮਿਲਿਆ ਲਿਫਾਫਾ, ਅਤੇ ਲਿਫਾਫੇ ਦੀ ਕਰਾਮਾਤ ਇਹ ਵਾਪਰੀ ਵੀ ਤੁਹਾਨੂੰ ਸੱਚ ਦੇ ਨਾਲ ਉਹ ਤੋੜ ਕੇ ਅਤੇ ਉਹ ਝੂਠ ਦੇ ਨਾਲ ਆਪਣੀਆਂ ਕਵਿਤਾਵਾਂ ਦੇ ਨਾਲ ਝੂਠੀ ਬਾਣੀ ਦੇ ਨਾਲ ਜੋੜ ਰਿਹਾ ਹੈ, ਕੀਰਤਨ ਸੁਣਾ ਰਿਹਾ ਹੈ, ਤੁਸੀਂ ਜਕਾਰੇ ਛੱਡ ਰਹੇ ਹੋ, ਤੁਸੀਂ ਸਿਰ ਹਿਲਾ ਰਹੇ ਹੋ, ਉਹਦੇ 'ਤੇ ਕਰਾਮਾਤ ਦਾ ਅਸਰ ਹੈ, ਲਿਫਾਫੇ ਵਾਲੀ ਕਰਾਮਾਤ ਦਾ ਅਸਰ ਤੁਹਾਡੇ 'ਤੇ, ਤੁਹਾਡੀ ਅਗਿਆਨਤਾ ਦਾ ਅਸਰ ਹੈ, ਜਿਹੜਾ ਉਹਨੂੰ ਮੰਨ ਰਹੇ ਹਾਂ, ਉਹਨੂੰ ਪੂਜ ਰਹੇ ਹਾਂ। ਇਸ ਤੋਂ ਅੱਗੇ ਚੱਲਦੇ ਹਾਂ। ਇਹ ਜਿਹੜਾ ਲਿਫਾਫਾ ਹੈ ਨਾ, ਮੇਰਾ ਤਾਂ ਕਦੇ ਕਦੇ ਦਿਲ ਕਰਦਾ ਹੈ ਵੀ ਲਿਫਾਫਾ ਸਾਹਿਬ ਕਹਿਣਾ ਸ਼ੁਰੂ ਕਿਉਂ ਨਾ ਇਹਨੂੰ ਕਰ ਦੇਈਏ, ਏਡੀ ਵੱਡੀ ਲਿਫਾਫੇ ਦੀ ਕਰਾਮਾਤ। ਵੱਡੇ ਵੱਡੇ ਕਹਿੰਦੇ ਕਹਾਉਂਦੇ ਗੋਡਿਆਂ ਪਾਰ ਆ ਜਾਂਦੇ ਨੇ, ਮੁੱਦੜੇ ਮੂੰਹ ਡਿੱਗ ਪੈਂਦੇ ਨੇ, ਮੀਆਂ ਮਿੱਠੂ ਬਣ ਜਾਂਦੇ ਨੇ, ਬੀਬੇ ਪੁੱਤ ਬਣ ਜਾਂਦੇ ਨੇ, ਉਹਨਾਂ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੰਦੇ। ਖੈਰ, ਇਹ ਇਸੇ ਕਰਾਮਾਤ ਦਾ ਹੀ ਚਮਤਕਾਰ ਹੈ ਕਿ ਪ੍ਰਚਾਰਕ ਠੱਗਾਂ ਦੀ ਬੋਲੀ ਬੋਲਦੇ ਨੇ। ਇਹ ਇਸੇ ਕਰਾਮਾਤ ਦਾ ਹੀ ਚਮਤਕਾਰ ਹੈ ਕਿ ਪਖੰਡੀ ਸਾਧ RSS ਦੀ ਬੋਲੀ ਬੋਲਦੇ ਨੇ। ਇਹ ਇਸੇ ਲਿਫਾਫੇ ਵਾਲੀ ਕਰਾਮਾਤ ਦਾ ਹੀ ਚਮਤਕਾਰ ਹੈ ਵੀ ਪਿਓ ਦੇ ਬਰਾਬਰ ਲਿਆ ਕੇ ਦੂਜਾ ਪਿਓ ਬਿਠਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਕਰ ਰਹੇ ਨੇ। ਕਈਆਂ ਥਾਵਾਂ ਦੇ ਉੱਤੇ ਇੱਦਾਂ ਹੋ ਵੀ ਗਿਆ। ਸਾਡੇ ਅਕਾਲ ਤਖਤ ਸਾਹਿਬ ਜੀ ਦੀ ਰਹਿਤ ਮਰਿਆਦਾ ਵੀ ਹੈ ਔਰ ਇਹ ਹੁਕਮਨਾਮਾ ਉਸ ਤੋਂ ਬਾਅਦ ਵੀ ਜਾਰੀ ਹੋਇਆ, ਪਰ ਫਿਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਲਿਆ ਕੇ ਕਦੇ ਦਸਮ ਦਾ ਪ੍ਰਕਾਸ਼, ਕਦੇ ਸਰਬਲੋਹ ਦਾ, ਕਦੇ ਦੂਜੇ ਦਾ, ਕਦੇ ਤੀਜੇ ਦਾ, ਇਹ ਲਿਫਾਫੇ ਦੀ ਕਰਾਮਾਤ ਨਹੀਂ ਤਾਂ ਹੋਰ ਕੀ ਹੈ? ਕੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਦਾ ਸਾਰਾ ਤੁਸੀਂ ਪੜ੍ਹ ਲਿਆ? ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕੁਛ ਖੋਜ ਲਿਆ? ਤੁਹਾਨੂੰ ਕੀ ਕਮੀ ਰਹਿ ਗਈ ਸੀ ਵੀ ਤੁਹਾਨੂੰ ਦੂਜੇ ਗ੍ਰੰਥ ਚੁੱਕ ਕੇ ਨਾਲ ਬਾਉਣ ਦੀ ਲੋੜ ਪੈ ਗਈ? ਕੀ ਕਮੀ ਰਹਿ ਗਈ ਸੀ ਦੱਸੋ ਮੈਨੂੰ। ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੱਡਾ ਸਾਡੇ ਵਾਸਤੇ ਦੁਨੀਆ ਦੇ ਅੰਦਰ ਕੋਈ ਨਹੀਂ ਹੈ, ਪਰ ਤੁਸੀਂ ਇਹ ਠਾਣ ਲਿਆ ਹੈ, ਤੁਸੀਂ ਇਹ ਜਿੱਦ ਬਣਾ ਲਈ ਵੀ ਅਸੀਂ ਇਹਦੀ ਤੁਹੀਨ ਕਰਨੀ ਕਰਨੀ ਹੈ। ਪਰ ਤੁਹੀਨ ਕਿਵੇਂ ਕਰਨੀ ਉਹ ਤੁਹਾਨੂੰ ਪਤਾ ਹੈ, ਤੁਸੀਂ ਕਿਵੇਂ ਕਰ ਰਹੇ ਹੋ? ਪਿਓ ਦੇ ਬਰਾਬਰ, ਪਿਓ ਦੀ ਜਗ੍ਹਾ 'ਤੇ ਕਦੀ ਕਿਸੇ ਦੂਜੇ ਨਹੀਂ ਪਾਇਆ ਜਾਂਦਾ, ਭਾਵੇਂ ਉਹ ਤਾਇਆ ਹੋਵੇ, ਚਾਚਾ ਹੋਵੇ, ਮਾਮਾ ਹੋਵੇ, ਫੁੱਫਾ ਹੋਵੇ, ਦੂਜਾ ਹੋਵੇ, ਤੀਜਾ ਹੋਵੇ, ਪਰ ਤੁਸੀਂ ਤਾਂ ਉਹ ਨਿਕਲੇ ਪਿਓ ਨੂੰ ਪਾਸੇ ਕਰਕੇ ਪਿਓ ਦੀ ਜਗ੍ਹਾ 'ਤੇ ਦੂਜਾ ਪਿਓ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਲਿਫਾਫੇ ਦੀ ਕਰਾਮਾਤ ਨਹੀਂ? ਤਾਂ ਮੈਂ ਅਕਸਰ ਕਹਿੰਦਾ ਹੁੰਦਾ ਵੀ ਇਹ ਜਿਹੜਾ ਲਿਫਾਫਾ ਹੈ ਨਾ, ਇਹਦੀ ਏਡੀ ਵੱਡੀ ਵੱਡੀ ਕਰਾਮਾਤ ਇਹ ਵੀ ਧੂਣਿਆਂ ਦੀ ਸਵਾਹ ਤੁਹਾਨੂੰ ਖਵਾਈ ਜਾ ਰਹੀ ਹੈ, ਕਿਉਂਕਿ ਤੁਸੀਂ ਬਾਬੇ ਪਖੰਡੀ ਸਾਧ ਤੋਂ ਪ੍ਰਭਾਵਿਤ ਹੋ ਅਤੇ ਪਖੰਡੀ ਸਾਧ ਲਿਫਾਫੇ ਤੋਂ ਪ੍ਰਭਾਵਿਤ ਹੈ। ਉਹਨੂੰ ਇਹ ਕਿਹਾ ਗਿਆ ਵੀ ਇਹਨਾਂ ਨੂੰ ਸੱਚ ਦੇ ਨਾਲੋਂ ਤੋੜ ਕੇ ਕੱਚ ਦੇ ਰਾਹ ਦੇ ਉੱਤੇ ਤੋਰਨਾ ਹੈ, ਮਣਮੱਤ ਦੇ ਰਾਹ ਦੇ ਉੱਤੇ ਤੋਰਨਾ ਹੈ। ਤੁਸੀਂ ਧੂਣਿਆਂ ਦੀ ਸਵਾਹ ਖਾਣੀ ਸ਼ੁਰੂ ਕਰ ਦਿੱਤੀ, ਉਹਨਾਂ ਨੇ ਖਵਾਉਣੀ ਸ਼ੁਰੂ ਕਰ ਦਿੱਤੀ, ਅਤੇ ਸ਼ਰੇਆਮ ਅਗਲੇ ਬੋਲ ਰਹਿਣੇ ਖਲੋ ਗਏ ਸਟੇਜਾਂ ਦੇ ਉੱਤੇ, ਵੇਖੋ ਜੀ ਸਾਡੀ ਧੂਣਿਆਂ ਦੀ ਸਵਾਹ ਵਿਕਦੀ, ਅਸੀਂ ਵੇਚੀਏ ਕਿਉਂ ਨਾ? ਇਹ ਲਿਫਾਫੇ ਦੀ ਕਰਾਮਾਤ ਨਹੀਂ ਤਾਂ ਹੋਰ ਕੀ ਹੈ? ਮੈਂ ਅਕਸਰ ਇੱਕ ਗੱਲ ਕਹਿੰਦਾ ਹੁੰਦਾ ਵੀ ਜਿਹੜੇ ਜ਼ਮੀਨ ਦੇ ਉੱਤੇ ਰੇਂਗ ਕੇ ਚੱਲਣ ਵਾਲੇ ਸੱਪ ਨੇ ਨਾ, ਉਹ ਤਾਂ ਬੰਦੇ ਨੂੰ ਵੇਖ ਕੇ ਹੋ ਸਕਦਾ ਡਰਦੇ ਹੋਏ ਆਪਣਾ ਰਾਹ ਬਦਲ ਕੇ ਨਿਕਲ ਜਾਣ, ਬੰਦੇ ਨੂੰ ਨਾ ਡੰਗਣ, ਪਰ ਜਿਹੜੇ ਬੁੱਕਲ ਦੇ ਸੱਪ ਨੇ ਨਾ,
ਦੋਗਲੇ ਕਰਦਾਰ ਵਾਲੇ ਪ੍ਰਚਾਰਕ ਅਤੇ ਪਖੰਡੀ ਸਾਧ ਜਿਹੜੇ ਗੁਰਬਾਣੀ ਤੋਂ ਛੁੱਟ ਕਿਸੇ ਹੋਰ ਦੇ ਨਾਲ ਜੁੜਨ ਦਾ ਯਤਨ ਕਰਦੇ ਨੇ, ਕੱਚੀਆਂ ਤਾਰਨਾ ਪੜ੍ਹਦੇ ਨੇ, ਆਪਣੀ ਪੂਜਾ ਕਰਾਉਂਦੇ ਨੇ, ਪੜ੍ਹਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਵਰਤਦੇ ਨੇ, ਪੜ੍ਹਦਾ ਉਹਦਾ ਹੀ ਰੱਖਦੇ ਨੇ ਜਿਹੜਾ ਸੱਚਾ ਗੁਰੂ ਹੈ। ਇਹ ਜਿਹੜੇ ਬੁੱਕਲ ਦੇ ਸੱਪਣੇ ਨੇ ਇਹ ਤੁਹਾਨੂੰ ਡੱਸਣ ਤੋਂ ਬਾਜ਼ ਨਹੀਂ ਆਉਣਗੇ, ਇਹਨਾਂ ਦੇ ਡੰਗ ਤੋਂ ਬਚ ਕੇ ਰਹੋ। ਤੁਹਾਨੂੰ ਅੱਜ ਨਹੀਂ ਪਤਾ ਲੱਗਣਾ ਮਿੱਠੀਆਂ ਫਿੱਕੀਆਂ ਇਹਨਾਂ ਦੀਆਂ ਫੁੱਲੜੀਆਂ ਖਾਈ ਜਾ ਰਹੇ ਹਾਂ ਔਰ ਇਹਨਾਂ ਦੇ ਪਿੱਛੇ ਚੱਲੀ ਜਾ ਰਹੇ ਹਾਂ। ਪਿਆਰਿਓ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਖੁਦ ਪੜ੍ਹ ਲਓ, ਖੁਦ ਸਮਝ ਲਓ। ਮੇਰਾ ਵਾਸਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਵਾਸਤਾ ਹੈ ਤੁਹਾਨੂੰ। ਤੁਸੀਂ ਹਫ਼ਤੇ ਦੇ ਅੰਦਰ, 15 ਦਿਨਾਂ ਦੇ ਅੰਦਰ, ਮਹੀਨੇ ਦੇ ਅੰਦਰ ਇੱਕ ਸ਼ਬਦ ਅੱਖਰੀ ਅਰਥਾਂ ਦੇ ਨਾਲ ਪੜ੍ਹ ਲਿਆ ਕਰੋ। ਕੀਰਤਨ ਸੁਣਨ ਦਾ ਸਵਾਦ ਬਦਲ ਜਾਏਗਾ, ਕਥਾ ਸੁਣੋਗੇ ਤਾਂ ਸਵਾਦ ਬਦਲ ਜਾਏਗਾ ਅਤੇ ਤੁਹਾਨੂੰ ਗੁਰਬਾਣੀ ਦੀ ਫਿਲਾਸਫੀ, ਗੁਰਬਾਣੀ ਦੀ ਕਾਮਨ ਸੈਂਸ ਪਕੜ ਵਿੱਚ ਆ ਜਾਏਗੀ। ਗੁਰਬਾਣੀ ਕਹਿੰਦੀ ਕੀ ਹੈ, ਗੁਰੂ ਸਾਡਾ ਕਹਿੰਦਾ ਕੀ ਹੈ, ਅਤੇ ਪਖੰਡੀ ਲਾਣਾ ਸਾਨੂੰ ਕਿਹੜੇ ਪਾਸੇ ਨੂੰ ਤੋਰ ਰਿਹਾ, ਜਾਂ ਜਿਹੜੇ ਪ੍ਰਚਾਰਕ ਸਟੇਜਾਂ 'ਤੇ ਬਾਂਹ ਖੜੀ ਕਰਕੇ ਕਹਿ ਦਿੰਦੇ ਨੇ ਸ਼ੰਕਾ ਨਾ ਕਰਿਆ ਜੇ, ਉਹ ਪ੍ਰਚਾਰਕ ਤੁਹਾਨੂੰ ਕਿਹੜੇ ਰਾਹ ਤੋਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।